ਚਲੋ ਅੱਜ ਆਪਾਂ ਹਫ ਪਫ ਕਿਟ ਦੇ ਨਾਲ ਸਪੇਸਰ ਦੇ ਨਾਲ ਆਈ ਮੀਨ ਜਿਹਦੇ ਉੱਤੇ ਅੱਗੇ ਮਾਸਕ ਲੱਗਿਆ ਹੁੰਦਾ ਪਹਿਲਾਂ ਹੀ ਉਸ ਦੇ ਨਾਲ ਇਨਹੇਲਰਸ ਕਿਵੇਂ ਯੂਜ਼ ਕਰਨੇ ਆ ਇਹ ਸਿੱਖਾਂਗੇ ਠੀਕ ਹੈ ਤੋ ਸਭ ਨਾਲ ਪਹਿਲਾਂ ਤਾਂ ਆਪਾਂ ਇਹ ਬੋਕਸ ਦੇ ਵਿੱਚੋਂ ਦੀ ਜਿੱਦਾਂ ਸਪੇਸਰ ਅਤੇ ਇਨਹੇਲਰ ਕੱਢ ਲਿਆ ਤੋ ਆਪਾਂ ਇੱਕ ਇੰਸਟੈਂਸ ਇੱਕ ਐਗਜ਼ਾਮਪਲ ਲੈਂਦੇ ਹਾਂ ਵੀ ਆਪਾਂ ਇਹ ਲਿਵੋਲਿਨ ਵਾਲਾ ਇਨਹੇਲਰ ਦੇਣਾ ਤੋ ਇਸ ਇਨਹੇਲਰ ਨੂੰ ਪਹਿਲਾਂ ਕੱਢ ਕੇ ਚੰਗੀ ਤਰ੍ਹਾਂ ਸ਼ੇਕ ਕਰ ਲੈਣਾ ਠੀਕ ਹੈ ਸ਼ੇਕ ਕਰਕੇ ਫਿਰ ਇਸਨੂੰ ਇੱਥੇ ਇਹਦੇ ਪਿਛਲੀ ਜਗ੍ਹਾ 'ਤੇ ਫਿਕਸ ਕਰ ਲੈਣਾ ਦੋ ਹਿੱਸੇ ਹੈ ਇਹਦੇ ਵਿੱਚੋਂ ਇੱਕ ਇਹੀ ਹਿੱਸਾ ਜਿਹਨੂੰ ਦੇਖ ਸਕਦੇ ਹੋ ਜਿਹਦੇ ਵਿੱਚ ਇਹ ਫਿਕਸ ਹੋ ਸਕਦਾ ਤੋ ਇਹਨੂੰ ਇਸ 'ਤੇ ਫਿਕਸ ਕਰ ਲੈਣਾ ਤੋ ਇਹ ਹਿੱਸੇ ਦੇ ਵਿੱਚ ਆਪਾਂ ਇਸ ਤਰ੍ਹਾਂ ਦਵਾਈ ਪੁਸ਼ ਕਰਕੇ ਇੱਕ ਪਫ ਇਹਦੇ ਵਿੱਚ ਪਾ ਲਿਆ ਹੁਣ ਇਸ ਚੈਂਬਰ ਦੇ ਵਿੱਚ ਸਾਰੀ ਦਵਾਈ ਆ ਰਹੀ ਹੈ ਹੁਣ ਆਪਾਂ ਜਦੋਂ ਬੱਚੇ ਨੂੰ ਦੇਣੀ ਹੈ ਤੋ ਆਪਾਂ ਇਸ ਨੂੰ ਇਸ ਬੱਚੇ ਦੇ ਫੇਸ 'ਤੇ ਅਤੇ ਉਹਦੇ ਨੱਕ ਨੂੰ ਕਵਰ ਕਰਦੇ ਹੋਏ ਇਹਦਾ ਥੋੜ੍ਹਾ ਜਿਹਾ ਐਂਗਲ ਨੀਚੇ ਨੂੰ ਹੋਵੇ ਤਾਂ ਕਿ ਇਹ ਥੋੜ੍ਹੇ ਜਿਹੇ ਵਾਲਵਸ ਈਜ਼ੀਲੀ ਖੁੱਲ੍ਹ ਜਾਣ ਜਿਹਦੇ ਨਾਲ ਦਵਾਈ ਅੰਦਰ ਜਾ ਸਕੇ ਤਾਂ ਆਪਾਂ ਇਸ ਨੂੰ ਇਸ ਤਰ੍ਹਾਂ ਲਗਾ ਲੈਣਾ ਹਲਕਾ ਜਿਹਾ ਬਸ ਇੱਧਰਲੇ ਪਾਸੋਂ ਉੱਚਾ ਕਰ ਲੈਣਾ ਫਿਰ ਆਪਾਂ ਬੱਚੇ ਨੂੰ ਕਹਿੰਦੇ ਵੀ ਇਹਦੇ ਵਿੱਚ ਜਿਹੜੀ ਦਵਾਈ ਹੈਗੀ ਆ ਉਸ ਨੂੰ ਆਪਣੇ ਨੋਰਮਲ ਹਲਕੇ ਸਾਹ ਦੇ ਨਾਲ ਇਹਦੇ ਵਿੱਚੋਂ ਦੀ ਸਾਹ ਲੈਂਦਾ ਰਹੇ ਲਓ ਬੇਟਾ ਸਾਹ ਲਓ ਇਸ ਦੇ ਵਿੱਚੋਂ ਦੀ ਆਰਾਮ ਨਾਲ ਜਿਵੇਂ ਨੋਰਮਲ ਲੈਂਦੇ ਤੇਜ਼ ਤੇਜ਼ ਨਹੀਂ ਲੈਣੇ ਆਰਾਮ ਨਾਲ ਲੈਣੇ ਬਿਲਕੁਲ ਇੱਦਾਂ ਜਦੋਂ ਬੱਚਾ ਅੰਦਰ ਸਾਹ ਲੈਂਦਾ ਉਦੋਂ ਇਹਦੇ ਵਿੱਚ ਆਈ ਹੋਈ ਦਵਾਈ ਉਹ ਅੰਦਰ ਚਲੇ ਜਾਂਦੀ ਹੈ ਤੁਸੀਂ ਸਾਹ ਲੈਂਦੇ ਰਹੋ ਬੱਚੇ ਇਹ ਵਾਲਾ ਵਾਲਵ ਖੁੱਲ੍ਹ ਜਾਂਦਾ ਅਤੇ ਦਵਾਈ ਅੰਦਰ ਚਲੇ ਜਾਂਦੀ ਹੈ ਜਦੋਂ ਬੱਚਾ ਸਾਹ ਬਾਹਰ ਲੈਂਦਾ ਉਦੋਂ ਇਹ ਵਾਲੇ ਵਾਲਵ ਬੰਦ ਹੋ ਜਾਂਦੇ ਅਤੇ ਉਹ ਸਾਹ ਇੱਥੋਂ ਦੀ ਸਾਈਡਾਂ ਤੋਂ ਬਾਹਰ ਨਿਕਲ ਜਾਂਦਾ ਸੋ ਆਪਾਂ ਇਹਨੂੰ ਤਕਰੀਬਨ 30 ਸੈਕਿੰਡਸ ਅੱਧਾ ਮਿੰਟ ਤੋਂ 40 ਸਕਿੰਟ ਤੱਕ ਇਹਨੂੰ ਇਸ ਤਰ੍ਹਾਂ ਫੇਸ 'ਤੇ ਲਗਾਏ ਰੱਖਣਾ ਉਸ ਤੋਂ ਬਾਅਦ ਆਪਾਂ ਦੁਬਾਰਾ ਤੋਂ ਇਸਨੂੰ ਦੱਬ ਦੇਣਾ ਪਫ ਨੂੰ ਤੁਸੀਂ ਦੇਖਿਆ ਜਦੋਂ ਆਪਾਂ ਦੱਬਿਆ ਤਾਂ ਇਹਦੇ ਵਿੱਚ ਦੁਬਾਰਾ ਤੋਂ ਦਵਾਈ ਆ ਗਈ ਬੱਚਾ ਉਸ ਤਰ੍ਹਾਂ ਹੀ ਕੰਟੀਨਿਊਸਲੀ ਸਾਹ ਲੈਂਦਾ ਰਹੇ ਹੋਰ 30 ਸਕਿੰਟ ਤੱਕ ਸਾਹ ਲੈ ਗਏ ਇਸ ਦੇ ਵਿੱਚੋਂ ਤੋ ਇਹ ਦੋ ਪਫ ਦੀ ਇੱਕ ਡੋਜ਼ ਬਣ ਜਾਂਦੀ ਹੈ ਕਈ ਵਾਰੀ ਬੱਚੇ ਜ਼ਿਆਦਾ ਦੇਰ ਤੱਕ ਇਸ ਨੂੰ ਨਹੀਂ ਲਗਾ ਸਕਦੇ ਤਾਂ ਇਹੋ ਜਿਹੇ ਕੇਸ ਦੇ ਵਿੱਚ ਪਹਿਲਾਂ ਲਗਾ ਕੇ ਪਫ ਨੂੰ ਦੱਬ ਕੇ 30 ਸਕਿੰਟ ਤੱਕ ਉਹ ਆਪਣੇ ਸਾਹ ਲਵੇ ਉਸ ਦੇ ਵਿੱਚੋਂ ਦੀ ਫਿਰ ਵਿੱਚੋਂ ਆਪਾਂ ਉਹਨੂੰ ਹਟਾ ਲਈਏ ਠੀਕ ਹੈ ਆਪਣਾ ਨੋਰਮਲ ਥੋੜ੍ਹਾ ਜਿਹਾ ਸਾਹ ਲੈ ਲਵੇ ਐਕਟੀਵਿਟੀ ਕਰ ਲਵੇ ਫਿਰ ਉਸ ਤੋਂ ਬਾਅਦ ਦੁਬਾਰਾ ਤੋਂ ਉਸਦੇ ਫੇਸ 'ਤੇ ਲਗਾ ਕੇ ਦੁਬਾਰਾ ਪਫ ਨੂੰ ਦੱਬ ਕੇ 30 ਸਕਿੰਟ ਤੱਕ ਦੇ ਸਕਦੇ ਹਾਂ ਇਹ ਉਹਨਾਂ ਬੱਚਿਆਂ ਲਈ ਹੈ ਜਿਹੜੇ ਲਗਾਤਾਰ ਦੋ ਪਫ ਕਈ ਵਾਰੀ ਨਹੀਂ ਲੈਂਦੇ ਕੋਈ ਜਿੱਦ ਪਕੜ ਲੈਂਦੇ ਜਾਂ ਵੈਸੇ ਵੈਸੇ ਸੋ ਬੈਟਰ ਇਹੀ ਹੈ ਵੀ ਦੋ ਪਫ ਆਪਾਂ ਇੱਕੋ ਵਾਰੀ 'ਚ ਦੇ ਦਈਏ ਤੋ ਇਹ ਹੈਗਾ ਸਮਝੋ ਇੱਕ ਤਰੀਕਾ ਕਈ ਵਾਰੀ ਕੋਈ ਦੂਸਰਾ ਇਨਹੇਲਰ ਵੀ ਨਾਲ ਦੱਸਿਆ ਹੁੰਦਾ ਤਾਂ ਫਿਰ ਜਦੋਂ ਉਹ ਸੈਕਿੰਡ ਇਨਹੇਲਰ ਦੇਣਾ ਇਹਨੂੰ ਹਟਾ ਦੇਣਾ ਫਿਰ ਦੂਸਰਾ ਇਨਹੇਲਰ ਇੱਥੋਂ ਦੀ ਲੈ ਕੇ ਉਹਨੂੰ ਚੰਗੀ ਤਰ੍ਹਾਂ ਸ਼ੇਕ ਕਰਕੇ ਫਿਰ ਉਸਨੂੰ ਇਸ 'ਤੇ ਫਿਕਸ ਕਰ ਲੈਣਾ ਅਗਲਾ ਪ੍ਰੋਸੈਸ ਸਾਰਾ ਸੇਮ ਹੀ ਹੈ ਉਸ ਤਰ੍ਹਾਂ ਜੇ ਦੋ ਪਫ ਲਿਖੇ ਹੈ ਤਾਂ ਇੱਕ ਪਫ ਦੇ ਕੇ 30 ਸਕਿੰਟ ਤੱਕ ਸਾਹ ਲਏਗਾ ਫਿਰ ਦੂਸਰਾ ਪਫ ਕਰ ਕੇ ਫਿਰ 30 ਸਕਿੰਟ ਤੱਕ ਸਾਹ ਲਏਗਾ ਤਾਂ ਉਹ ਵੀ ਪ੍ਰੋਸੈਸ ਸੇਮ ਉਸ ਤਰ੍ਹਾਂ ਹੀ ਚੱਲੇਗਾ ਠੀਕ ਹੈ ਜੀ ਇਸਨੂੰ ਹੁਣ ਕਈ ਵਾਰੀ ਇਹ ਹੁੰਦਾ ਵੀ ਵਾਰੀ ਵਾਰੀ ਜਦੋਂ ਆਪਾਂ ਲੈਂਦੇ ਹਾਂ ਥੋੜ੍ਹਾ ਥੋੜ੍ਹਾ ਜਿਹਾ ਅੰਦਰੋਂ ਦੀ ਨਾ ਹਲਕਾ ਜਿਹਾ ਮੱਧਮ ਜਿਹਾ ਹੋਣ ਲੱਗ ਜਾਂਦਾ ਲੱਗ ਲੈਂਦਾ ਤਾਂ ਜ਼ਰੂਰਤ ਲੱਗ ਲੈਂਦੀ ਵੀ ਜਿਵੇਂ ਆਪਾਂ ਸਾਫ਼ ਕਿਵੇਂ ਕਰੀਏ ਇਸਨੂੰ ਤਾਂ ਇਸਨੂੰ ਸਾਫ਼ ਕਰਨ ਦਾ ਇੱਕ ਸਪੈਸੀਫਿਕ ਤਰੀਕਾ ਇਹ ਇਸ ਤਰ੍ਹਾਂ ਕਰਕੇ ਖੁੱਲ੍ਹ ਜਾਂਦਾ ਠੀਕ ਹੈ ਇਸਨੂੰ ਡਿਟੈਚ ਕਰ ਸਕਦੇ ਹਾਂ ਅਤੇ ਇਹਨੂੰ ਜਿਵੇਂ ਥੋੜ੍ਹੇ ਜਿਹੇ ਜਿਹਨੂੰ ਕਹਿੰਦੇ ਨੇ ਗੁਨਗੁਨੇ ਪਾਣੀ 'ਚ ਗਰਮ 'ਚ ਨਹੀਂ ਥੋੜ੍ਹੇ ਜਿਹੇ ਗੁਨਗੁਨੇ ਪਾਣੀ 'ਚ ਜਾਂ ਚਲੋ ਜੇ ਠੰਡਾ ਵੀ ਹੋਵੇ ਤਾਂ ਵੀ ਠੀਕ ਹੈ ਉਹਦੇ ਵਿੱਚ ਹਲਕਾ ਜਿਹਾ ਕੋਈ ਸੋਪ ਸਾਬਣ ਪਾ ਲੈਣਾ ਜਿਵੇਂ ਡਿਟਰਜੈਂਟ ਪਾ ਲੈਣਾ ਠੀਕ ਹੈ ਉਸ ਤੋਂ ਬਾਅਦ ਇਹਨੂੰ ਉਸਦੇ ਵਿੱਚ ਥੋੜ੍ਹੀ ਦੇਰ ਲਈ ਰੱਖ ਦੇਣਾ ਠੀਕ ਹੈ ਥੋੜ੍ਹੀ ਦੇਰ ਇੱਦਾਂ ਸ਼ੇਕ ਕਰਕੇ ਡਿਟਰਜੈਂਟ ਵਾਲੇ ਪਾਣੀ 'ਚੋਂ ਨੋਰਮਲ ਟੂਟੀ ਦੇ ਪਾਣੀ ਦੇ ਵਿੱਚ ਧੋ ਲੈਣਾ ਖਿਆਲ ਰੱਖਣਾ ਵੀ ਇਹਦੇ ਵਿੱਚ ਕੱਪੜਾ ਪਾ ਕੇ ਇਸ ਤਰ੍ਹਾਂ ਉਂਝਣਾ ਨਹੀਂ ਇਸ ਨੂੰ ਤਾਂ ਥੋੜ੍ਹੀ ਜਿਹੀ ਇਹਦੀ ਜਿਵੇਂ ਕਹਿੰਦੇ ਨੇ ਫਿਰ FEKC ਸਪੇਸਰ ਦੀ ਘੱਟਦੀ ਹੈ ਇਹ ਮੰਨਿਆ ਜਾਂਦਾ ਤਾਂ ਆਪਾਂ ਇਸ ਤਰ੍ਹਾਂ ਹੀ ਜਦੋਂ ਧੋ ਲਾਂਗੇ ਪਾਣੀ 'ਚੋਂ ਉਸ ਤੋਂ ਬਾਅਦ ਇਸ ਤਰ੍ਹਾਂ ਰੱਖ ਦਾਂਗੇ ਤਾਂ ਥੋੜ੍ਹੀ ਦੇਰ ਬਾਅਦ ਹੀ ਆਪਣੇ ਆਪ ਹੀ ਸੁੱਕ ਜਾਏਗਾ ਜਿਹੜਾ ਮਾਸਕ ਵਾਲਾ ਪੋਰਸ਼ਨ ਹੈ ਇਹਨੂੰ ਆਪਾਂ ਪੂੰਝ ਸਕਦੇ ਹਾਂ ਕਿਉਂਕਿ ਇਹਦੇ ਵਿੱਚੋਂ ਕਈ ਵਾਰੀ ਪਾਣੀ ਵੀ ਨਹੀਂ ਨਿਕਲਦਾ ਜਾਂ ਥੋੜ੍ਹੀ ਰਬੜ ਦੇ ਉੱਤੇ ਕਈ ਵਾਰੀ ਬੱਚੇ ਦੀ ਸਿਕਰੀਸ਼ਨਸ ਜਾਂ ਥੁੱਕ ਵਗੈਰਾ ਲੱਗਾ ਰਹਿ ਜਾਂਦਾ ਤਾਂ ਕਈ ਵਾਰੀ ਉਹ ਨਹੀਂ ਹੁੰਦਾ ਤਾਂ ਉਹਨੂੰ ਮਲ ਕੇ ਥੋੜ੍ਹਾ ਧੋ ਸਕਦੇ ਇਸ ਨੂੰ ਉਬਾਇਲ